ਵੀ ਜੀ ਕੀ ਲੱਗਦਾ ਕੀ ਹਾਲਾਤ ਰਹਿਣ ਵਾਲੇ ਆ? ਸਮਾਈਲ ਕਾਫੀ ਕੁਛ ਕਹਿ ਰਹੀ ਹੈ। ਬਹੁਤ ਭਰਵਾਂ ਹੁੰਗਾਰਾ ਜਨਤਾ ਜਨਾਰਦਨ ਵੱਲੋਂ ਔਰ 110% ਵਿਨ ਕਰਾਂਗੇ। ਅੱਛਾ, ਕੀ ਤੁਹਾਨੂੰ ਪਲੱਸ ਪੁਆਇੰਟ ਕੀ ਲੱਗਦਾ ਕਿ ਆਹ ਚੀਜ਼ ਹੈ ਜਿਹੜੀ ਉਹ ਤੁਹਾਡੇ ਹੱਕ ਦੇ ਵਿੱਚ ਭੁਗਤ ਰਹੀ ਹੈ ਜਿਹਦੇ ਕਰਕੇ ਆ ਚਿਹਰੇ ਤੇ ਜਿਹੜੀ ਸਮਾਈਲ ਹਲੇ ਦਿਨ ਪਏ ਆ ਪਹਿਲਾਂ ਹੀ ਆ ਰਹੀ ਜਿਹੜੀ? ਦੇਖੋ ਗੱਲ ਇਸ ਤਰ੍ਹਾਂ, ਕੀਤੇ ਹੋਏ ਜਿਹੜੇ ਕੰਮ ਹਨ 50 ਸਾਲ ਤੋਂ ਜਿਹੜੀ ਸਾਡਾ ਪਰਿਵਾਰ ਹੈ ਉਹ ਲੋਕ ਸੇਵਾ 'ਚ, ਜਨਤਾ ਦੀ ਸੇਵਾ 'ਚ, ਪਾਰਟੀ ਦੀ ਸੇਵਾ 'ਚ ਲੱਗਿਆ ਹੈ। ਕੰਮਾਂ ਦੇ ਵਿਕਾਸ ਦੇ ਆਧਾਰ 'ਤੇ ਅਸੀਂ ਜਾ ਰਹੇ ਹਾਂ ਲੋਕਾਂ ਦੇ ਵਿੱਚ। ਦੂਸਰੇ ਪਾਸੇ ਉਹ ਪਾਰਟੀਆਂ ਜਿਨ੍ਹਾਂ ਦੇ ਜਿਹੜੇ ਕੈਂਡੀਡੇਟ ਆ ਉਹ ਦਲ ਬਦਲੂ ਆ, ਅੱਜ ਇਸ ਪਾਰਟੀ 'ਚ, ਕੱਲ੍ਹ ਉਸ ਪਾਰਟੀ 'ਚ, ਫਿਰ ਜੰਪ ਮਾਰ ਕੇ ਪਤਾ ਨਹੀਂ ਕਿੱਥੇ ਆ ਜਾਣਾ ਉਹਨਾਂ ਨੇ। ਉਹਦੇ ਵਿੱਚ ਉਹਨਾਂ ਦਾ ਸਿਰਫ ਨਿੱਜੀ ਹਿੱਤ ਆ, ਲੋਕਾਂ ਦਾ ਕੋਈ ਫਾਇਦਾ ਨਹੀਂ ਉਹਦੇ ਵਿੱਚ। ਪਰ ਸ਼ੀਤਲ ਉਂਗਰਾਲ ਕਹਿੰਦੇ ਨੇ ਕਿ ਮੈਂ ਸੱਤਾ ਧਿਰ ਛੱਡ ਕੇ ਆਇਆ ਤਾਂ ਛੱਡ ਕੇ ਆਇਆ ਵਿਧਾਇਕੀ ਕਿ ਲੋਕਾਂ ਦੇ ਹਿੱਤ ਦੀ ਗੱਲ ਕਰਨੀ ਆ, ਇਸ ਕਰਕੇ ਉਹ ਕਹਿੰਦੇ ਮੈਂ ਸੱਤਾ ਧਿਰ ਛੱਡਤੀ ਤਾਂ ਕਰਕੇ ਪਾਰਟੀ ਬਦਲ ਲਈ ਤਾਂ ਕਿ ਲੋਕਾਂ ਦੇ ਕੰਮ ਜਿਹੜੇ ਨਹੀਂ ਕਰਵਾ ਸਕਿਆ ਸੱਤਾ 'ਚ ਰਹਿ ਕੇ ਹੁਣ ਵਿਰੋਧੀ ਧਿਰ 'ਚ ਰੌਲਾ ਪਾ ਕੇ ਕਰਵਾ ਸਕਾਂ। ਦੇਖੋ ਜੀ, ਇਹ ਤੁਹਾਡੇ ਸਾਹਮਣੇ ਇੱਕ ਸ਼ੀਸ਼ਾ ਆ ਗਿਆ ਕਿ ਇੱਕ ਪਾਸੇ ਤਾਂ ਜਿਹੜੇ ਹੁਣ ਹੈਗੇ ਆ ਮਹਿੰਦਰ ਭਗਤ ਜੀ, ਵੈਸੇ ਮੈਂ ਬਾਈ ਨੇਮ ਨਹੀਂ ਕਹਿਣਾ ਚਾਹੁੰਦੀ ਸੀ, ਆਮ ਆਦਮੀ ਪਾਰਟੀ ਦੇ ਕੈਂਡੀਡੇਟ, ਉਹਨਾਂ ਨੇ ਵੱਡੇ ਵੱਡੇ ਬੈਨਰ ਛਪਾਏ ਹੈਗੇ ਆ ਆਪ ਦੀ ਸਰਕਾਰ ਤੇ ਆਪ ਦਾ MLA। ਦੂਜੇ ਪਾਸੇ ਤੁਹਾਨੂੰ ਸ਼ੀਤਲ ਉਂਗਰਾਲ ਕੀ ਕਹਿੰਦਾ ਪਿਆ? ਆਪ ਦੀ ਸਰਕਾਰ ਸੀ 2.5 ਸਾਲ ਪਹਿਲਾਂ, MLA ਵੀ ਆਪ ਦਾ ਹੀ ਸੀ। ਉਹ ਇਸ ਗੱਲ ਦੀ ਗਵਾਹੀ ਭਰਦਾ, ਦੁਹਾਈ ਦਿੰਦਾ ਕਿ ਮੇਰੇ ਕੰਮ ਨਹੀਂ ਹੋ ਰਹੇ ਸੀ, ਸਾਨੂੰ ਇਗਨੋਰ ਕੀਤਾ ਜਾਂਦਾ ਸੀ ਆਮ ਆਦਮੀ ਪਾਰਟੀ ਵੱਲੋਂ, ਇਸ ਕਰਕੇ ਅਸੀਂ ਪਾਰਟੀ ਚੇਂਜ ਕੀਤੀ ਹੈ। ਔਰ ਮੈਂ ਜਿਹੜੇ ਹੁਣ ਸਾਡੇ ਨਵੇਂ ਹੈਗੇ ਆ ਕੈਂਡੀਡੇਟ ਆਮ ਆਦਮੀ ਪਾਰਟੀ ਦੇ, ਜਿਹੜੇ ਪਹਿਲਾਂ BJP ਦੇ ਕੈਂਡੀਡੇਟ ਸੀਗੇ, ਕਿਉਂਕਿ ਐਕਸਚੇਂਜ ਹੋ ਗਏ, ਹੁਣ ਇੰਟਰ ਐਕਸਚੇਂਜ ਹੋ ਗਈ ਇਹਨਾਂ ਦੀ, ਤੇ ਮੈਂ ਉਹਨਾਂ ਨੂੰ ਸਵਾਲ ਕਰਨਾ ਚਾਹੁੰਦੀ ਹਾਂ ਕਿ ਜੇ ਉਸ MLA ਦੇ ਜਿਹੜਾ ਜਿੱਤਿਆ ਹੋਇਆ ਸੀ ਸਰਕਾਰ ਦੇ ਵਿੱਚ ਸੀ, ਉਹ ਕਹਿੰਦਾ ਕਿ ਆਮ ਆਦਮੀ ਪਾਰਟੀ ਨੇ ਸਾਡਾ ਕੋਈ ਕੰਮ ਹੀ ਨਹੀਂ ਕੀਤਾ, ਸਾਡਾ ਕਹਿਣਾ ਹੀ ਨਹੀਂ ਮੰਨਿਆ, ਸਾਡੇ ਕਹਿਣ ਤੇ ਕੋਈ ਕੰਮ ਹੀ ਨਹੀਂ ਕੀਤਾ, ਇਸ ਕਰਕੇ ਮੈਂ ਦੁਖੀ ਹੋ ਕੇ ਪਾਰਟੀ ਛੱਡੀ ਹੈ। ਇਹ ਕੀ ਕਰਾਉਣਗੇ? ਪਰ ਮਹਿੰਦਰ ਭਗਤ ਜੀ ਨੂੰ ਲੈ ਕੇ ਮੁੱਖ ਮੰਤਰੀ ਵੀ ਕਹਿੰਦੇ ਨੇ, ਉਹਨਾਂ ਦੀ ਪਾਰਟੀ ਵੀ ਕਹਿੰਦੀ ਹੈ ਕਿ ਬੜੇ ਸ਼ਰੀਫ, ਇਮਾਨਦਾਰ ਔਰ ਇੱਕ ਅੱਛੇ ਸ਼ਖਸ ਨੇ ਜਿਹੜੇ ਕਿ ਹਲਕੇ ਦੀ ਵਧੀਆ ਨੁਮਾਇੰਦਗੀ ਕਰ ਸਕਦੇ, ਤੇ ਲੋਕ ਜਿੰਨੀਆਂ ਉਮੀਦਾਂ ਰੱਖਦੇ ਨੇ ਨਾ ਉਹ ਮਹਿੰਦਰ ਭਗਤ ਜੀ ਦੇ ਰਾਹੀਂ, ਉਹ ਕਹਿੰਦੇ ਕਿ ਮੈਂ ਖੁਦ ਇੱਥੇ ਬਹਿ ਜਾਣਾ ਜਲੰਧਰ ਦੇ ਵਿੱਚ, ਦੇਖੋ ਹੁਣ ਵੀ ਬੈਠੇ ਨੇ ਉਹ, ਤੇ ਉਹ ਕਹਿੰਦੇ ਤੂੰ ਬਾਅਦ ਵੀ ਜਿਹੜੀ ਕੋਠੀ ਲਈ ਹੈ ਛੱਡਦਾ ਨਹੀਂ, ਇਸ ਇਲਾਕੇ ਤੇ ਸਾਰਾ ਜ਼ੋਰ ਲਾ ਦੇਣਾ। ਦੇਖੋ ਜੀ, ਜਿਹੜਾ CM ਨੂੰ ਇੱਥੇ ਮੌਜੂਦਾ ਜਿਹੜਾ CM ਹੈ ਪੰਜਾਬ ਦਾ, ਇੱਕ ਜਿਵਨੀ ਚੋਣ ਲਈ ਉਹਨੂੰ ਜਲੰਧਰ 'ਚ ਡੇਰਾ ਲਾਉਣਾ ਪੈ ਗਿਆ, ਇਹ ਦੱਸਦੇ ਆ ਵੀ ਇਹ ਸਰਕਾਰ ਦੀ ਨਾਕਾਮੀ। ਜੇ ਕੀਤੇ ਹੋਏ ਕੰਮ ਹੁੰਦੇ, ਲੋਕ ਹਿੱਤ 'ਚ ਪੋਲਿਸੀਜ਼ ਬਣੀਆਂ ਹੁੰਦੀਆਂ, ਲੋਕ ਹਿੱਤ ਵਿੱਚ ਕੋਈ ਕਾਰਗੁਜ਼ਾਰੀ ਇਹਨਾਂ ਦੀ ਹੁੰਦੀ ਤਾਂ ਅੱਜ ਇਹਨਾਂ ਨੂੰ ਇੱਥੇ ਡੇਰੇ ਨਾ ਲਾਉਣੇ ਪੈਂਦੇ। ਪਰ ਉਹ ਤਾਂ ਕੋਂਬੋ ਪੈਕ ਲੈ ਕੇ ਆਏ ਆ, ਕਹਿੰਦੇ MLA ਦੇ ਨਾਲ ਮੁੱਖ ਮੰਤਰੀ ਫ੍ਰੀ ਮਿਲਣਾ। ਦੇਖੋ ਜੀ, ਇੱਥੇ ਭਾਵੇਂ ਕੇਜਰੀਵਾਲ ਜੀ ਆ ਜਾਂਦੇ, ਮੈਂ ਤੁਹਾਨੂੰ ਦੱਸਾਂ ਇਹਨਾਂ ਦੇ 92 ਜਿੱਤੇ ਸੀ, ਲੋਕਾਂ ਨੇ ਬਦਲਾਅ ਸਮਝ ਕੇ ਇਹਨਾਂ ਨੂੰ ਵੋਟਾਂ ਪਾਈਆਂ, 92 ਦੀ ਹੁਣ 91 ਰਹਿ ਗਏ, 7 ਰਾਜ ਸਭਾ ਦੇ ਮੈਂਬਰ, 3 ਇਹਨਾਂ ਦੇ ਨਵੇਂ ਚੁਣੇ ਹੋਏ ਹੁਣ MP, ਸਾਰੇ ਹੀ ਗੂੰਗੇ ਆ, ਆਪਣੇ ਆਕਾ ਵੱਲ ਦੇਖਦੇ ਆ, ਆਕਾ ਅੰਦਰ ਆ, ਕੀ ਉਮੀਦ ਕਰਾਂਗੇ ਇਹਨਾਂ ਦੇ ਕੋਲੋਂ? ਅੱਛਾ, ਦੂਜੇ ਪਾਸੇ ਕਨਫਿਊਜ਼ਨ ਜੀ ਇੱਕ ਹੋਰ ਹੈ, ਕਿਉਂਕਿ ਅਕਾਲੀ ਦਲ ਨੇ ਜਿਸ ਉਮੀਦਵਾਰ ਨੂੰ ਚੋਣ ਮੈਦਾਨ ਦੇ ਵਿੱਚ ਨਿਤਾਰਿਆ, ਉਸ ਉਮੀਦਵਾਰ ਦੇ ਨਾਲ ਅਕਾਲੀ ਦਲ ਪ੍ਰਧਾਨ ਕਹਿੰਦੇ ਅਸੀਂ ਹੈ ਨਹੀਂ, ਉਹ ਕਹਿੰਦੇ ਕਿ ਅਸੀਂ ਬਹੁਜਨ ਸਮਾਜ ਪਾਰਟੀ ਦੇ ਨਾਲ ਖੜਨਾ, ਤਾਂ ਉਧਰ ਵੀ ਕਨਫਿਊਜ਼ਨ ਹੈ, ਤਾਂ ਕਿਵੇਂ ਦੇਖਦੇ ਹੋ ਅਕਾਲੀ ਦਲ ਨੂੰ ਮਜ਼ਬੂਤ ਦੇਖਦੇ ਹੋ ਜਾਂ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ? ਦੇਖੋ ਜੀ, ਮੈਂ ਕਿਸੇ ਨੂੰ ਮਜ਼ਬੂਤ ਨਹੀਂ ਦੇਖ ਰਹੀ, ਮੈਨੂੰ ਇੰਨਾ ਜ਼ਰੂਰ ਪਤਾ ਕਿ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਹੋਇਆ ਕਿ ਇੱਕ ਕੈਂਡੀਡੇਟ ਦੇ ਕੋਲੋਂ ਸਮਰਥਨ ਵਾਪਸ ਲਿਆ ਕਿਸੇ ਪਾਰਟੀ ਨੇ, ਬਸ ਇੰਨਾ ਕਹਿ ਕੇ ਮੈਂ ਅੱਗੇ ਕੋਈ ਕਮੈਂਟ ਨਹੀਂ ਕਰਨਾ ਚਾਹੁੰਦੀ, ਤੁਸੀਂ ਸਮਝਦਾਰ ਹੋ। ਅੱਛਾ, ਮੁਕਾਬਲਾ ਫਿਰ ਕਿਹਦੇ ਨਾਲ ਦੇਖਦੇ ਹੋ ਤੁਸੀਂ? ਕਾਂਗਰਸ ਸਾਹਿਬ ਦਾ ਮੁਕਾਬਲਾ ਕਿਹਦੇ ਨਾਲ ਦੇਖਦੇ ਹੋ?
ਦੇਖੋ ਜੀ, ਮੈਂ ਜਲੰਧਰ ਦੀ ਧੀ, ਪੰਜਾਬ ਦੀ ਧੀ, ਮੇਰੇ ਨਾਲ ਵੋਟਰ, ਮੇਰੇ ਨਾਲ ਮੇਰਾ ਸਾਰਾ ਸਮਾਜ, ਮੇਰੇ ਸਮਰਥਕ। ਜਦੋਂ ਮੈਨੂੰ ਟਿਕਟ ਮਿਲੀ ਸੀ ਨਾ, ਘੱਟ ਤੋਂ ਘੱਟ 6-7 ਜਿਹੜੇ ਸਰਵੇ ਹੋਏ ਸੀ ਇਹ ਪਤਾ ਕਰਨ ਲਈ ਕਿ ਟਿਕਟ ਦਾ ਅਸਲੀ ਹੱਕਦਾਰ ਕੌਣ ਹੈ। ਔਰ ਲੋਕਾਂ ਨੇ ਭਰਵਾਂ ਹੁੰਗਾਰਾ ਮੇਰੇ ਹੱਕ 'ਚ ਦਿੱਤਾ। 7 ਦੇ 7 ਸਰਵੇਸ ਦੇ ਵਿੱਚ ਮੇਰਾ ਪਹਿਲਾ ਨੰਬਰ ਆਇਆ ਸੀ। ਉਸ ਜਿਹੜਾ ਸਰਵੇ ਦੀ ਰਿਪੋਰਟ ਹੈ ਉਹ 'ਤੇ ਸਾਡੀ ਪਾਰਟੀ ਹਾਈ ਕਮਾਂਡ ਨੇ ਮੋਹਰ ਲਾ ਕੇ ਸਾਬਤ ਕਰ ਦਿੱਤਾ ਕਿ ਲੋਕ ਜੋ ਹੁਣ ਉਹਨਾਂ ਨੇ ਫਤਵਾ ਦਿੱਤਾ ਅੱਗਿਓਂ ਵੀ ਦੇਣਗੇ, ਔਰ 110% ਜਿਹੜੀ ਸੀਟ ਅਸੀਂ ਜਿੱਤ ਕੇ ਕਾਂਗਰਸੀ ਝੋਲੀ 'ਚ ਪਾਵਾਂਗੇ। ਦੋ ਚੀਜ਼ਾਂ ਨੇ, ਇੱਕ ਤਾਂ ਜਿਹੜੀ ਤਾਜ਼ਾ ਪਾਰਲੀਮੈਂਟ ਚੋਣ ਹੋ ਕੇ ਗਈ ਆ, ਇੱਕ ਤਾਂ ਕਹਿੰਦੇ ਵੀ ਲੋਕਾਂ ਦਾ ਉਤਸ਼ਾਹ ਮਰ ਗਿਆ, ਇੱਕ ਤਾਂ ਪਾਰਲੀਮੈਂਟ ਚੋਣਾਂ ਦੇ ਵਿੱਚ ਜ਼ੋਰ ਲੱਗ ਗਿਆ, ਉੱਤੋਂ ਜ਼ਿਮਨੀ ਚੋਣ ਆ ਗਈ। ਜ਼ਿਮਨੀ ਚੋਣ ਵੀ ਉਹ ਆ ਗਈ, ਪਹਿਲਾਂ ਚੁਣ ਕੇ ਭੇਜਿਆ ਸੀ ਤੇ ਹੁਣ ਉਹੀ ਚੁਣ ਕੇ ਫਿਰ ਇੱਕ ਨਵਾਂ MLA ਚੁਣ ਦੀ ਜ਼ਿੰਮੇਵਾਰੀ ਆਪ ਹੀ, ਉਤਸ਼ਾਹ ਘੱਟ ਜਾਂਦਾ ਲੋਕਾਂ ਦੇ ਵਿੱਚ। ਪਰ ਉਸ ਉਤਸ਼ਾਹ ਨੂੰ ਇੱਕ ਤਾਂ ਦੁਬਾਰਾ ਕਿਵੇਂ ਜਿਉਂਦਾ ਕਰਨਾ, ਦੂਜਾ ਚਰਨਜੀਤ ਸਿੰਘ ਚੰਨੀ ਵੱਡੇ ਮਾਰਜਨ ਦੇ ਨਾਲ ਲੀਡ ਕਰ ਗਏ ਇੱਥੋਂ, ਤਾਂ ਤੁਹਾਨੂੰ ਲੱਗਦਾ ਹੈ ਕਿ ਉਸ ਲੀਡ ਨੂੰ ਤੁਸੀਂ ਬਰਕਰਾਰ ਰੱਖ ਪਾਓਗੇ? ਕਿਉਂਕਿ ਲੋਕ ਇਹ ਵੀ ਕਹਿੰਦੇ ਆ, ਵਿਰੋਧੀ ਇਹ ਵੀ ਕਹਿੰਦੇ ਆ ਕਿ ਭਾਈ ਇਹ ਚੰਨੀ ਸਾਹਿਬ ਵੇਲੇ ਹਾਲਾਤ ਹੋਰ ਸੀ, ਹੁਣ ਉਹ ਉਮੀਦ ਨਾ ਰੱਖਿਓ। ਚੰਨੀ ਸਾਹਿਬ ਵੇਲੇ ਜਿਹੜੇ ਹਾਲਾਤ ਸੀ ਨਾ, ਉਹ ਹੀ ਹਾਲਾਤ ਹੋਣੇ ਆ। ਇਹੀ ਵੋਟਰ ਚੰਨੀ ਸਾਹਿਬ ਵੇਲੇ ਸੀ, ਇਹੀ ਵੋਟਰ ਹੋਣੇ ਆ, ਕਿਉਂਕਿ ਇਹਨਾਂ ਲੋਕਾਂ ਨੇ ਉਦੋਂ ਵੀ ਸਰਕਾਰ ਦੀਆਂ ਨਾਕਾਮੀਆਂ ਦੇਖੀਆਂ ਸੀ, ਹੁਣ ਵੀ ਅਜੇ ਕਿੰਨਾ ਟਾਈਮ ਹੋਇਆ, 1 ਮਹੀਨਾ ਪੂਰਾ ਨਹੀਂ ਹੋਇਆ। ਇਸ ਕਰਕੇ ਲੋਕਾਂ ਨੇ ਇੱਕ ਤਰਫਾ ਮਨ ਬਣਾ ਲਿਆ। ਜਿਹੜਾ ਤੁਸੀਂ ਕਹਿੰਦੇ ਨਾ ਉਤਸ਼ਾਹ ਘੱਟ ਗਿਆ, ਉਹ ਉਤਸ਼ਾਹ ਨਹੀਂ ਹੁੰਦਾ ਜਿਹੜਾ ਘੱਟ ਜਾਵੇ, ਉਤਸ਼ਾਹ ਦੀ ਕਦੀ ਡਾਊਨਫਾਲ ਨਹੀਂ ਹੁੰਦੀ। ਇਸ ਕਰਕੇ ਜਿਹੜੇ ਵੋਟਰ ਆ, ਜਿਹੜੀ ਪਬਲਿਕ ਆ, ਉਹ ਸੁਰਿੰਦਰ ਕੌਰ ਦੇ ਨਾਲ ਆ, ਕਾਂਗਰਸ ਪਾਰਟੀ ਦੇ ਨਾਲ ਖੜੀ ਆ। ਦੇਖੋ, ਅਸੀਂ ਹੁਣੇ ਹੁਣੇ ਆਪਣਾ ਮੈਂਬਰ ਆਫ ਪਾਰਲੀਮੈਂਟ ਬਣਾਇਆ ਸਰਦਾਰ ਚਰਨਜੀਤ ਸਿੰਘ ਚੰਨੀ, ਤੇ ਲੋਕਾਂ 'ਚ ਉਤਸ਼ਾਹ ਹੈ, ਵੋਟ ਪਾਉਣਗੇ, ਤੇ ਆਹ ਅਸੀਂ ਜ਼ਿਮਨੀ ਚੋਣ ਵੀ ਜਿੱਤਣ ਜਾ ਰਹੇ ਹਾਂ। ਅੱਗੇ ਨਗਰ ਨਿਗਮਾਂ ਦੀਆਂ ਚੋਣਾਂ ਆ ਰਹੀਆਂ, ਸਾਡੀ ਕਾਰਪੋਰੇਸ਼ਨ ਬਣ ਜਾ ਰਹੀ ਹੈ, ਇੱਥੇ ਹੀ ਬਸ ਨਹੀਂ, 2027 'ਚ ਸਾਡੀ ਸਰਕਾਰ ਬਣ ਰਹੀ ਹੈ।